ਮਜ਼ਾ ਆ ਗਿਆ ਮਜ਼ਾ ਤੇ ਆ ਮਸ਼ਵਾਕ ਕਰ ਕਰ ਤੇ ਨਾ ਮਸ਼ਵਾਕ ਇਹਨਾਂ ਦਾ ਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਨੂੰ ਹਾਂ ਮਿਸਟਰ ਏਡੀ ਇਹ ਮੇਰੇ ਭਾਈ ਹੈਗੇ ਨੇ ਇਹ ਲਾਹੌਰ ਪੜ੍ਹਦੇ ਹੈਗੇ ਇੰਜੀਨੀਅਰ ਕਰ ਰਹੇ ਹੈਗੇ ਮੈਂ ਡਾਕਟਰ ਬਣ ਰਹੀ ਹੈਗਾ ਮੇਰਾ ਭਤੀਜਾ ਹੈਗਾ ਮੈਂ ਤੁਹਾਡੇ ਵਾਸਤੇ ਵਿਲੇਜ ਵਲੌਗ ਦੀ ਵੀਡੀਓ ਲੈ ਕੇ ਆਉਣਾ ਅਤੇ ਅੱਜ ਅਸੀਂ ਘਰ ਆਏ ਹੋਏ ਹੈਗੇ ਈਦ ਮੌਕੇ 'ਤੇ ਅਤੇ ਅਸੀਂ ਹੁਣ ਤੁਹਾਡੇ ਵਾਸਤੇ ਡੇਲੀ ਦੀ ਰੂਟੀਨ ਅਸੀਂ ਵਿਖਾਵਾਂਗੇ ਜਿਹੜੇ ਲੋਕ ਗਾਂਵ ਵਿੱਚ ਕਰਦੇ ਹੈਗੇ ਸੁਬਹ ਸੁਬਹ ਨਾਲ ਫਸਲਾਂ ਜਿਵੇਂ ਸੈਰ ਕਰਦੇ ਹੈਗੇ ਅਤੇ ਅਸੀਂ ਮੈਂ ਵੀ ਮਾਸਕ ਤੋਂ ਆਇਆ ਕੀ ਤੋੜ ਅਤੇ ਮਸਵਾਕ ਕਰਦੇ ਵਾਨੇ ਭਤੀਜਾ ਵੀ ਸਾਰੇ ਕਰਦੇ ਵਾਨੇ ਹੈਗੇ ਅਤੇ ਤੁਹਾਨੂੰ ਸਾਰਾ ਅਸੀਂ ਵਿਊ ਦਿਖਾਵਾਂਗੇ ਸਾਰਾ ਫਸਲਾਂ ਦੀ ਕਿਵੇਂ ਲੋਕ ਸੈਰ ਕਰਦੇ ਹੈਗੇ ਫਸਲਾਂ ਦੀ ਕਿਵੇਂ ਕਰਦੇ ਹੈਗੇ ਤੁਹਾਨੂੰ ਸਾਰਾ ਅਸੀਂ ਆ ਰਹੇ ਅਸੀਂ ਨਹਿਰ ਦੇ ਕਿਨਾਰੇ ਦੇ ਨਾਲ ਸੈਰ ਕਰ ਰਹੇ ਹੈਗੇ ਹਾਂ ਸੁਬਹ ਸੁਬਹ ਨਾਲ ਅਤੇ ਇੰਨੀ ਠੰਡ ਹੈਗੀ ਹੈ ਅਤੇ ਰੂਹ ਨੂੰ ਆਈ ਤਾਜ਼ਗੀ ਮਿਲਦੀ ਪਈ ਹੈ ਮਜ਼ਾ ਆ ਗਿਆ ਮਜ਼ਾ ਅਤੇ ਆ ਮਸ਼ਵਾਕ ਕਰ ਕਰ ਤੇ ਨਾ ਮਸ਼ਵਾਕ ਇਹਨਾਂ ਦੰਦ ਲੋਹਾ ਬਣ ਗਿਆ ਅਤੇ ਬਾਹਰ ਲੱਕਾ ਖਾਇਆ ਵੇਖ ਖਾਇਆ ਨਹੀਂ ਖਤਮ ਹੋਇਆ ਨਹਿਰ ਬਣਦੀ ਪਈ ਹੈ ਆ ਵੇਖ ਨਾਲ ਨਾਲ ਕਿਵੇਂ ਕਿਵੇਂ ਪਿਆਰੀ ਪਿਆਰੀ ਨਹਿਰ ਬਣਦੀ ਪਈ ਹੈਗੀ ਹੈ ਅਤੇ ਬੜੀ ਠੰਡ ਹੈਗੀ ਹੈ ਅਤੇ ਨਾਲ ਮਕਾਈ ਖਲੋਤੀ ਹਰ ਪਾਸੇ ਅਤੇ ਤੁਹਾਨੂੰ ਦੂਸਰਾ ਸਾਰਾ ਵਿਊ ਲੈ ਤਾਂ ਵਿਖਾਉਂਦੇ ਹੈਗੇ ਇਹ ਵੇਖੋ ਬੈਕ ਸਾਈਡ ਹਰ ਪਾਸੇ ਫਸਲਾਂ ਹੀ ਫਸਲਾਂ ਹੈਗੀਆਂ ਅਤੇ ਇੰਨੀ ਸ਼ਾਂਤੀ ਹੈਗੀ ਹੈ ਬੜਾ ਫੁੱਲ ਸਕੂਨ ਹੈ ਫੁੱਲ ਮਾਹੌਲ ਨਹੀਂ ਆ ਨਿੱਕਾ ਜਿਹਾ ਬਾਹਰ ਕਿਵੇਂ ਸਕੂਨ ਆਉਂਦਾ ਬੈਠੇ ਹੈਗੇ ਬਾਹਰ ਬਣੇ ਬੰਦੇ ਹੈਗੇ ਉਹ ਵੀ ਮਸਵਾਕ ਕਰਦਾ ਹੁੰਦਾ ਮੈਂ ਉਹਦਾ ਮੈਨੂੰ ਵੀ ਬੜਾ ਮਜ਼ਾ ਆਉਂਦਾ ਪੀ ਹੈਗਾ ਅਤੇ ਅਸੀਂ ਬੜੀ ਸ਼ਾਂਤੀ ਹੈਗੀ ਬੜੀ ਠੰਡਕ ਹੈਗੀ ਤਾਜ਼ਗੀ ਹੈਗੀ ਹੈ ਸ਼ਹਿਰਾਂ 'ਚ ਕੀ ਹੈ ਨਹੀਂ ਧੂੰਆਂ ਧੂੰਆਂ ਆਉਂਦਾ ਹਰ ਪਾਸੇ ਸ਼ਾਹੀ ਕੋਈ ਨਹੀਂ ਹੁੰਦੀ ਹੈਗੀ ਅਤੇ ਕਿਹੜਾ ਮਜ਼ਾ ਆਉਂਦਾ ਪਿਆ ਜਿਹੜੇ ਲੋਕ ਹੈ ਨਾ ਸੁਬਹ ਨਾਲ ਪਿੰਡ ਵੱਲ ਐਂ ਸੁਬਹ ਨਾਲ ਆਉਂਦੇ ਨੇ ਕਦੇ ਮਸਵਾਕ ਨਾਲ ਸੁਬਹ ਨਾਲ ਕਦੇ ਸ਼ਹਿਰ ਆਪਣੇ ਫਸਲਾਂ ਨਹੀਂ ਆਏ ਉਸ ਵਾਰ ਫਿਰ ਜਾ ਕੇ ਖਾਣਾ ਖਾਂਦੇ ਨਾ ਨਾਲ ਪੱਠੇ ਵੱਢਦੇ ਹੈਗੇ ਨੇ ਨਾਲ ਸੈਰ ਕਰਦੇ ਹੈਗੇ ਨੇ ਅਤੇ ਨਾਲ ਅਗਲਾ ਸਕੀ ਸ਼ਾਂਤੀ ਦੀ ਸ਼ਾਂਤੀ ਨਾਲ ਮੌਲ ਦਾ ਮੌਲ ਨਾਲ ਪੱਠੇ ਦੇ ਪੱਠੇ ਐਂ ਹਰ ਸ਼ਾਇਦ ਫਾਇਦਾ ਹੀ ਫਾਇਦਾ ਹੈਗਾ ਟੈਨਸ਼ਨ ਨਹੀਂ ਕੋਈ ਨਹੀਂ ਹਰ ਤਰਫ ਬਿਲਕੁਲ ਸ਼ਾਂਤੀ ਫੁੱਲ ਸਕੂਨ ਹੈ ਫੁੱਲ ਕੋਈ ਸ਼ੋਰ ਕੁਛ ਨਹੀਂ ਆ ਵੇ ਕਾ ਮੇਰੇ ਭਾਈ ਆਏ ਨੇ ਲਾਹੌਰ ਕਿਵੇਂ ਕਮਲੇ ਖਲੋਤੇ ਹੈਗੇ ਤਾਜ਼ਗੀ ਨੂੰ ਵੇਖਤੇ ਹਰ ਜੀ ਵੇਖਤੇ ਕਿਵੇਂ ਵੇ ਇਹ ਬੜੇ ਦਿਨਾਂ ਬਾਅਦ ਆਇਆ ਨੇ ਤਿੰਨ ਛੇ ਸੱਤ ਮਹੀਨੇ ਬਾਅਦ ਆਇਆ ਅਤੇ ਇਹਨਾਂ ਤਾਜ਼ਗੀ ਨੂੰ ਵੇਖਤੇ ਹੁਣ ਨਾ ਵੀ ਬੇਹੋਸ਼ ਜੇ ਖਲੋਤੇ ਹੈਗੇ ਮੈਂ ਬੇਹੋਸ਼ ਨਹੀਂ ਇਹ ਅੱਖੋਂ ਕੋ ਇਤਨੀ ਸਕੂਨ ਦਾ ਆਵੇ ਇਹਨਾਂ ਦੇ ਵੇਖੋ ਵਿਊ ਸੁਣੋ ਤੁਸੀਂ ਵਿਊ ਆਉਂਦੇ ਅੱਖਾਂ ਬੜੀ ਦਿੱਲੀ ਵੀ ਸਕੂਨ ਆਇਆ ਅਸੀਂ ਰੂਹ ਨੂੰ ਇੰਝ ਅੰਦਰੋਂ ਕੋ ਸਕੂਨ ਮਿਲ ਰਿਹਾ ਇੰਝ ਹੋ ਕੇ ਇੰਝ ਦੇਖ ਦੇਖ ਤੁਸੀਂ ਵੇਖੋ ਆਪੇ ਵੇਖਿਓ ਮੈਂ ਤੇ ਮੇਰਾ ਉਹਨਾਂ ਕੀ ਕਸੂਰ ਹੈਗਾ ਤੁਹਾਨੂੰ ਮੈਂ ਦੱਸਦਾ ਵੀ ਹੈ ਦੋਸਤੋ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤੇ ਸਾਡੇ ਵੀਡੀਓ ਨੂੰ ਲਾਈਕ ਕਰਿਆ ਸਾਡਾ ਚੈਨਲ ਸਬਸਕ੍ਰਾਈਬ ਕਰਿਆ ਤੇ ਨਾਲ ਸਾਨੂੰ ਕਮੈਂਟ ਵਿੱਚ ਦੱਸਿਆ ਕਿ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਇੱਕ ਆ ਜਿਹੜਾ ਮਾਰੀ ਸਾਡਾ ਬਗੜੇ ਸਰ ਕਾਦੀ ਗਲੋਤਾ ਹੈ ਚੜ ਵਿੱਚ ਵਾਲਾ ਬਹੁਤ ਪੈਦਾ ਹੈਗਾ ਜਿਹੜੇ ਦੀ ਕੀ ਕਰੀਏ